ਜਿੰਨਾ ਗੋਰੇ ਨੇ ਗਾਂ ਚ ਕੀਤਾ ਹੈ ਕਿ ਥੋੜੇ ਲੀਟਰ ਵਾਲੀ ਗਾਂ ਨੂੰ ਅੱਜ ਉਹ ਕਿੰਨੇ ਲੀਟਰ ਤੇ ਲੈ ਗਿਆ, 100 ਲੀਟਰ ਤੋਂ ਉੱਤੇ ਲੈ ਗਿਆ ਨਾ, ਉਹ ਬਰੀਡ ਨੇ ਕੰਮ ਕੀਤਾ ਹੈ ਜਾਂ ਆਮ ਗਾਂ ਨੇ ਕੀਤਾ ਹੈ? ਬਰੀਡ ਨੇ ਕੀਤਾ ਹੈ। ਚਾਈਨਾ ਵਾਲੇ ਜਿਹੜਾ ਐਮਰੀਓ ਬਣਾ ਕੇ ਗਏ ਨੇ ਉਹ ਬਰੀਡ ਲਈ ਲੈ ਕੇ ਗਏ ਨੇ। ਅੱਜ ਜਿਹੜੇ ਸਾਡੇ ਪਾਕਿਸਤਾਨ ਚ ਨੀਲੀ ਰਾਵੀ ਅਸੀਂ ਤੁਸੀਂ ਸਭ ਉਹ ਕਿਸ ਮਾਰੇ ਕੰਮ ਕਰ ਰਹੇ ਹਾਂ ਬਈ ਸਾਡੀ ਬਰੀਡ ਤੇ ਬਾਈਜਾਂ ਨੇ ਬਰੀਡ ਤੇ ਕਰਨ, ਇਨਸ਼ਾਅੱਲਾ ਰਿਜ਼ਕ ਹਲਾਲ ਹੈ, ਇਹਦੇ ਚ ਅੱਲਾ ਨਫ਼ਾ ਵੀ ਦਿੰਦਾ ਹੈ ਤੇ ਇਹ ਰਿਜ਼ਕ ਹਲਾਲ ਚ ਥੋੜਾ ਜਿਹਾ ਇੰਜ ਹੁੰਦਾ ਹੈ। ਸਾਡੇ ਦੋਸਤ ਕਈ ਬੇਸ਼ੁਮਾਰ ਸਵਾਲ ਪੁੱਛਦੇ ਨੇ ਬਈ ਰਿਜ਼ਕ ਹਲਾਲ ਚ ਪ੍ਰਾਫਿਟ ਥੋੜ੍ਹੀ ਹੁੰਦੀ ਹੈ, ਨਫ਼ਾ ਬਰਕਤ ਜ਼ਿਆਦਾ ਹੁੰਦੀ ਹੈ, ਹਰਾਮ ਵਿੱਚ ਪ੍ਰਾਫਿਟ ਜ਼ਿਆਦਾ ਹੁੰਦੀ ਹੈ, ਬਰਕਤ ਨਹੀਂ ਹੁੰਦੀ। ਇਹ ਥੋੜ੍ਹਾ ਜਿਹਾ ਨਾ ਇਹ ਕੁਛ 4 ਸਾਲ ਲਾਉਣੇ ਪੈਂਦੇ ਨੇ, ਜਦੋਂ ਘਰ ਦੀਆਂ ਧੀਆਂ ਸੂਪਨ ਨਾ ਫਿਰ ਬੰਦਾ ਬੜਾ ਫਖਰ ਨਾਲ ਕਹਿੰਦਾ ਯਾਰ ਇਹ ਮੇਰੇ ਬਰੀਡਰ ਦੀ ਮੇਰੇ ਸਾਨ ਦੀ ਧੀ ਹੈ। ਕੱਲ੍ਹ 22 ਮੱਝਾਂ ਤੁਸੀਂ ਚੁਆਈਆਂ ਨਹੀਂ, ਕੱਲ੍ਹ ਚੁਆਈਆਂ ਨੇ 22 ਮੱਝਾਂ ਤੁਹਾਡੇ ਸਾਹਮਣੇ, ਤੁਸੀਂ ਜਦੋਂ DCFA 'ਚ ਆਏ ਸੀ ਉਹ ਲੱਖੀ ਮੱਝ ਦੁੱਧ ਕੀਤਾ 30 ਲੀਟਰ, ਦੂਸਰੀ ਹੀਨੋ ਉਹ ਇੱਕ ਡੂੰਗ ਲੱਥੀ ਹੀਨੋ ਨੇ ਦੁੱਧ ਕੀਤਾ 30 ਲੀਟਰ 150 ਗ੍ਰਾਮ। ਬਾਈ ਜਾਨ ਇੱਕ ਘਰ ਦੀ ਬਰੀਡ ਹੀ ਸੀ, ਇੱਕ ਘਰ ਦੀ ਬਰੀਡ ਨਾਲ ਹੀ ਹਮੇਸ਼ਾ ਗੱਲ ਬਣਦੀ ਹੈ ਬਾਹਰੋਂ। ਠੀਕ ਹੈ ਮੈਂ ਕਿਸੇ ਦੀ ਮੱਝ ਨੂੰ ਗਲਤ ਨਹੀਂ ਕਹਿੰਦਾ, ਸਾਰੇ ਲੋਕਾਂ ਦੀਆਂ ਮੱਝਾਂ ਚੰਗੀਆਂ ਨੇ, ਪਰ ਬਰੀਡ 'ਤੇ ਜਦੋਂ ਤੱਕ ਇਹ ਬਾਈ ਨਸਲ ਨਹੀਂ ਆਓਗੇ ਕਤਨ ਨਹੀਂ ਇਹ ਬਣ ਸਕਦਾ। ਫਿਰ ਗੱਲ ਹੈ ਮੇਰੇ, ਤੁਸੀਂ ਵੇਖ ਲਓ ਅਲਹਮਦੁਲਿਲਾ ਇਕੱਲਾ ਤੁਸੀਂ ਮੱਝਾਂ ਚੁਆਉਂਦੇ ਰਹੇ ਹੋ, ਇਕੱਲਾ ਬਰੀਡ 'ਤੇ ਨਹੀਂ, ਇਸ ਤਰ੍ਹਾਂ ਨਹੀਂ ਦਿਖਾਇਆ ਨਾਲ ਮੱਝ 30 ਲੀਟਰ ਵਾਲੀ ਵੀ ਪੈਦਾ ਹੋਈ ਹੈ, ਨਾਲ ਖੂਬਸੂਰਤ ਵੀ ਪੈਦਾ ਹੋਈ ਹੈ। ਇਹ ਦੋ ਕੰਮ ਕਦੇ ਨਹੀਂ ਰਲਦੇ ਬਈ, ਖੂਬਸੂਰਤ ਵੀ ਮੱਝ ਹੋਵੇ ਅਤੇ 30 ਲੀਟਰ ਵੀ ਹੋਵੇ, ਕਦੇ ਨਹੀਂ ਰਲਦੇ। ਤੁਸੀਂ ਵੇਖ ਲਓ ਜਿੰਨੀਆਂ ਬੇਸ਼ੁਮਾਰ ਤੁਸੀਂ ਮੱਝਾਂ ਲਾਈਆਂ ਨੇ, PDFA ਨੇ ਲਾਈਆਂ ਨੇ, ਉਹ ਕਾਫੀ ਚੈਨਲਾਂ ਨੇ ਲਾਈਆਂ ਨੇ, ਤੁਸੀਂ ਚੈੱਕ ਕਰ ਲਓ ਬਈ ਉਹ ਦੋਨੇ ਕੰਮ ਮੱਝ 'ਤੇ ਹਮੇਸ਼ਾ ਜਦੋਂ ਕੰਮ ਕਰਨਾ। ਮੈਨੂੰ ਤਾਂ ਕਹਿਣ ਨਾ ਇਹ ਇਨਸ਼ਾਅੱਲਾ ਜਿਹੜੇ ਝੋਟਿਆਂ ਦਾ ਆਪਣਿਆਂ ਦਾ ਹੈ ਨਾ, ਇਹ ਕੋਈ ਦੋਸਤਾਂ ਦੀ ਡਿਮਾਂਡ ਹੋਵੇ ਨਾ ਮੱਝ ਇਸ ਤਰ੍ਹਾਂ ਦੀ ਬਣਾ ਦਿਓ, ਜਿਵੇਂ ਗੋਰੇ ਨੇ ਰੰਗ ਚੇਂਜ ਕੀਤੇ ਨੇ, ਉਹਨੂੰ ਕਿਹਾ ਕਾਲਾ ਰੰਗ ਬਣਾ ਦੇ, ਉਹਨੇ ਕਾਲਾ ਬਣਾ ਦਿੱਤਾ, ਲੋਕਾਂ ਨੇ ਇਤਰਾਜ਼ ਕੀਤਾ, ਗੱਲ ਸੁਣ, ਉਹਨੇ ਕਿਹਾ ਜੀ ਗਰਮੀ ਮਨਾਉਂਦੀ, ਉਹਨੇ ਗੀਰ ਗਾਂ ਪੈਦਾ ਕਰਕੇ ਦਿਖਾ ਦਈਏ। ਅਗਰ ਪਾਕਿਸਤਾਨ ਸਾਡੇ ਬਰੀਡਰ ਮੈਨੂੰ ਕਹਿਣ ਬਈ ਜਿਹੋ ਜੀ ਮੱਝ ਕਹਿਣ, ਅਲਹਮਦੁਲਿਲਾ ਜਿਹੜੇ 6-7 ਬਰੀਡਰ ਰੱਖੇ ਹੋਏ ਨੇ ਨਾ ਹੁਣ ਛੋਟੇ, ਉਹ ਕੱਟੇ ਜਿਹੜੇ ਛੋਟੇ ਰੱਖੇ ਹੋਏ ਨੇ ਜਿਨ੍ਹਾਂ ਦੀਆਂ ਮਾਵਾਂ 30 ਲੀਟਰ ਤੋਂ ਉੱਤੇ ਰਹੀਆਂ ਨੇ, 32-33 ਤੋਂ 35 ਤੋਂ ਵੀ ਉੱਤੇ ਰਹੀਆਂ ਨੇ, ਉਹਨਾਂ ਦੇ ਰੱਖਣ ਦਾ ਮਕਸਦ ਇਹ, ਮੈਨੂੰ ਜਿਸ ਤਰ੍ਹਾਂ ਦੀ ਮੱਝ ਕਹਿਣ ਇੰਨੀ ਲੰਬੀ ਪੈਦਾ ਕਰਾ ਦੇ ਉਹ ਕਰਾ ਦਾਂਗਾ, ਮੈਨੂੰ ਕਹਿਣ ਸਿਰ ਮੱਝ ਦਾ ਇੰਜ ਦਾ ਹੋਵੇ ਉਹ ਹੋ ਜਾਏਗਾ, ਮੈਨੂੰ ਕਹਿਣ ਮੱਝ ਦਾ ਆਰਡਰ ਇੰਜ ਦਾ ਹੋਵੇ ਇੰਜ ਦਾ ਹੋਏਗਾ, ਮੈਂ ਵਾਅਦਾ ਕਰ ਰਿਹਾ। ਕਿਸੇ ਦੋਸਤ ਦੀ ਫਰਮਾਇਸ਼ ਹੋਵੇ ਨਾ ਮੈਨੂੰ ਦੱਸਣ, ਇਹ ਤਾਂ ਮੇਰਾ ਅਲਹਮਦੁਲਿਲਾ ਮੈਂ ਉਹ ਇੱਕ ਕੰਮ ਦੇ ਵਿੱਚੋਂ ਗੁਜ਼ਰਿਆ ਹੋਇਆ ਨਾ। ਇਹ ਤੁਸੀਂ ਝੋਟੀਆਂ ਦੇਖੀਆਂ ਨੇ, ਇੱਕ ਦੋਸਤ ਨੇ ਸਵਾਲ ਕੀਤਾ ਤਾਂ ਯਾਰ ਆਰਡਰ ਪਿੱਛੇ ਨਹੀਂ, ਕੋਈ ਮੱਝ ਦਾ ਪਿੱਛੇ ਆਰਡਰ ਹਾਈ ਸਾਹਿਬ ਸੋਹਣੇ ਲੱਗਣਗੇ, ਮੈਂ ਕਿਹਾ ਆ ਵੇਖ ਲਓ, ਗੱਲ ਇਹ ਆ ਬਈ ਮੈਨੂੰ ਜਿਸ ਤਰ੍ਹਾਂ ਦੀ ਕਹਿਣ ਨਾ ਕੋਈ ਬੰਦਾ ਤੁਹਾਨੂੰ ਕਵੇ, ਮੈਂ ਵਾਅਦਾ ਕਰ ਰਿਹਾ ਮੈਂ ਤੁਹਾਨੂੰ ਉਸ ਤਰ੍ਹਾਂ ਦੀ ਮੱਝ ਇਨਸ਼ਾਅੱਲਾ ਪੈਦਾ ਕਰਾ ਕੇ ਦਿਖਾਵਾਂਗਾ। ਇੱਕ ਸੋਚਣ ਦੀ ਗੱਲ ਹੈ ਉਸ ਮੱਝ 'ਤੇ ਕਿਹੜਾ ਬਰੀਡਰ ਮਿਲਾਉਣਾ, ਮਸਲਨ ਫਿਰਦੋਸ ਇਨੋ 'ਤੇ ਕਿਹੜਾ ਮਿਲਾਉਣਾ, ਮੁਕੱਦਰ 'ਤੇ ਕਿਹੜਾ ਮਿਲਾਉਣਾ, ਲੈਲਾਂ 'ਤੇ ਕਿਹੜਾ ਸਾਨ ਮਿਲਾਉਣਾ, ਆਪਣਾ ਸਾਹਿਬਾਂ 'ਤੇ ਕਿਹੜਾ ਮਿਲਾਉਣਾ, ਮੁੰਦਰੀਆਂ 'ਤੇ ਕਿਹੜਾ ਮਿਲਾਉਣਾ, ਸੇਰੀਆਂ 'ਤੇ ਕਿਹੜਾ ਮਿਲਾਉਣਾ, ਰਾਣੀਆਂ 'ਤੇ ਕਿਹੜਾ ਮਿਲਾਉਣਾ, ਬਖਤਾਂ 'ਤੇ ਕਿਹੜਾ ਮਿਲਾਉਣਾ, ਪਿਆਰੀਆਂ 'ਤੇ ਕਿਹੜਾ ਮਿਲਾਉਣਾ, ਜਦੋਂ ਤੱਕ ਜੇ ਅੱਜ ਕਹੋਗੇ ਉਸ ਤਰ੍ਹਾਂ ਦੀ ਪੈਦਾ ਕਰਾ ਦਾਂਗਾ, ਜਿੰਨੇ ਦੁੱਧ ਦੇ ਲਈ ਕਹੋਗੇ ਇਨਸ਼ਾਅੱਲਾ। ਇਹ ਬਾਈ ਜਾਨ ਅੱਜ ਘਰ ਦੀ ਮੱਝ ਨਾ 20 ਲੀਟਰ ਦੁੱਧ ਕਰੇ ਬੜਾ ਹੁੰਦਾ ਹੈ, ਥੋੜ੍ਹਾ ਨਹੀਂ,
ਵੀ ਘਰ ਦੀ ਮੱਝ ਪੈਦਾ ਹੋ ਜਾਏ ਨਾ 20 ਕਿਲੋ ਲਈ ਬਾਹਰ ਤੁਸੀਂ ਬੇਸ਼ੁਮਾਰ ਫਾਰਮ ਫਿਰਦੇ ਹੋ ਨਾ 20 ਲੀਟਰ ਵਾਲੀ ਮੱਝ ਨਹੀਂ ਹੁੰਦੀ 20 ਲੀਟਰ ਵਾਲੀ ਘਰ ਪੈਦਾ ਹੋ ਜਾਏ ਹੋਰ ਕੀ ਮੰਗਦੇ ਹੋ ਅੱਲਾਹ ਦਾ ਸ਼ੁਕਰ ਅਦਾ ਕਰੋ ਕੋਈ ਹੋਰ ਸਵਾਲ ਹੈ ਦੱਸੋ ਸਰ ਵੱਡੀਆਂ ਛੱਬੀ ਸਤਾਈ ਲੀਟਰ ਕਰਨਾ ਚਾਹੀਦਾ ਵਿੱਚੋਂ ਚੰਦ ਮੱਝਾਂ ਹੁੰਦੀਆਂ ਜਿਹੜੀਆਂ ਉੱਤੇ ਚਲੀਆਂ ਜਾਂਦੀਆਂ ਉਹ ਵੱਡੀਆਂ ਜਿਹੜੀ ਮੱਝ ਵੱਡੀ ਹੈ ਨਾ ਉਹ ਇੰਨਾ ਨਾ ਤੇ ਆਮ ਜਿੰਨੇ ਸਾਡੇ ਦੋਸਤ ਪਾਕਿਸਤਾਨ ਚ ਨੇ ਤਵੱਜੋ ਦੇਣ 20 ਲੀਟਰ ਵਾਲੀ ਮੱਝ ਹੋਣੀ ਚਾਹੀਦੀ ਹੈ ਅੱਜ ਬਾਈਜਾਨ ਮਹਿੰਗਾਈ ਦਾ ਦੌਰ ਹੈ ਮਹਿੰਗਾਈ ਦਾ ਦੌਰ ਹੈ 20 ਲੀਟਰ ਵਾਲੀ ਮੱਝ ਹੋਏਗੀ ਤੇ ਖਰਚਾ ਪੂਰਾ ਹੋਏਗਾ ਉਹਦੇ 'ਚ ਪਤਾ ਕੀ ਕੱਟੀ ਦਾ ਵੀ ਰੱਖਣ ਦਾ ਮਜ਼ਾ ਹੈ ਉਹਦੇ ਕੱਟੇ ਰੱਖਣ ਦਾ ਵੀ ਮਜ਼ਾ ਹੈ ਭਾਈ ਸਾਹਿਬ ਗੱਲ ਚਲੋ ਝੋਟਿਆਂ ਦੀ ਮਾਸ਼ਾਅੱਲਾ ਹੋ ਗਈ ਗੱਬਨ ਮੱਝਾਂ ਤੇ ਗੱਲ ਕਰਨੇ ਗੱਬਨ ਮੱਝਾਂ ਵੇਖੀਆਂ ਸਕਰੀਨ ਤੇ ਦੋਸਤ ਵੀ ਹੁਣ ਦੇਖ ਰਹੇ ਹੋਣਗੇ ਜਿਸ ਵੇਲੇ ਸਾਡੀ ਵੀਡੀਓ ਚੱਲੇਗੀ ਠੀਕ ਹੈ ਅਸੀਂ ਜਿਹੜੀਆਂ ਮੱਝਾਂ ਚਵਾਈਆਂ ਲਾਏ ਹੋਣ ਹਾਂ ਇੱਕ ਵਾਰੀ ਚਵਾਈਆਂ ਉਸ ਤੋਂ ਪਹਿਲੇ ਚਵਾਈਆਂ ਹਾਂ ਸਾਨੂੰ ਉਹ ਮੱਝਾਂ ਫੇਰ ਗੱਬਨ ਤਿਆਰੀ ਚ ਨਜ਼ਰ ਆਉਂਦੀਆਂ ਪਈਆਂ ਕਿ ਮਾਸ਼ਾਅੱਲਾ ਉਹ ਮੱਝਾਂ ਨੇ ਆਪਣਾ ਆਪ ਗਵਾਇਆ ਨਹੀਂ ਹਾਂ ਤੇ ਨਹੀਂ ਤੇ ਅਕਸਰ ਅਸੀਂ ਦੇਖੇ ਨੇ ਕਿ ਮੇਲਿਆਂ ਦੇ ਉੱਤੇ ਮੱਝਾਂ ਨੇ ਬੜੇ ਬੜੇ ਦੁੱਧ ਕੀਤੇ ਨੇ ਗਾਂ ਜਾਂ ਉਹਨਾਂ ਦੀ ਝੋਟੀ ਅੱਗੇ ਨਹੀਂ ਆਈ ਜਾਂ ਉਹ ਦੁਬਾਰਾ ਮੇਲੇ ਚ ਬਹੁਤ ਘੱਟ ਮੱਝਾਂ ਹੁੰਦੀਆਂ ਨੇ ਦੁਬਾਰਾ ਜਾਂਦੀਆਂ ਜ਼ਿਆਦਾ ਲੋਕਾਂ ਦਾ ਇਹੀ ਨਜ਼ਰੀਆ ਕਿ ਜਿਹੜੇ ਮੇਲੇ ਵਾਲੀਆਂ ਮੱਝਾਂ ਨੇ ਜਾਂ ਨਸਲ ਦੇ ਕਾਬਲ ਨਹੀਂ ਰਹਿੰਦੀਆਂ ਜਾਂ ਚ ਬਹੁਤ ਘੱਟ ਉਹ ਕਿਉਂ ਨਹੀਂ ਰਹਿੰਦੀਆਂ ਜਿਹੜੇ ਲੋਕ ਇਹ ਗੱਲਾਂ ਦੱਸਦੇ ਨੇ ਨਾ ਤੁਹਾਨੂੰ ਉਹ ਨਵੇਂ ਬੰਦੇ ਨੇ ਕਿਉਂ ਨੀ ਮੱਝ ਕਰਦੀ ਫਿਰਦੌਸ ਸੀ ਨੂੰ ਸੂਈਏ ਹੁਣ ਸੱਸੀ ਫਲਾਉਣੀ ਕਿੰਨੀਆਂ ਮੱਝਾਂ ਸੂਈਆਂ ਫਿਰਦੀਆਂ ਨੇ ਸਾਰੀਆਂ ਦੁੱਧ ਕਰ ਰਹੀਆਂ ਨੇ ਸੋਚ ਤੋਂ ਬਾਹਰ ਕਰ ਰਹੀਆਂ ਨੇ ਇਹ ਗੱਲਾਂ ਹੀ ਨੇ ਦੂਸਰੀ ਗੱਲ ਰਹੀ ਤੁਸੀਂ ਗੱਬਣ ਮੱਝਾਂ ਵਾਲੀ ਗੱਲ ਕੀਤੀ ਹੈ ਪਹਿਲੇ ਤਾਂ ਇਹ ਦੱਸੋ ਤੁਸੀਂ ਜ਼ਮਾਨਾ ਫਿਰਦੇ ਹੋ ਤੁਹਾਡੇ ਕੋਲ ਕੋਈ ਸ਼ੈ ਨਹੀਂ ਲੁਕੀ ਹੋਈ ਗੱਬਣ ਮੱਝਾਂ ਜਿਹੜੀਆਂ ਤੁਸੀਂ 22 ਮੱਝਾਂ ਮੇਰੇ ਕੋਲ ਚੁਆ ਕੇ ਗਏ ਹੋ ਪਹਿਲੀ ਮੱਝ ਨੇ ਇੱਕ ਗੱਲ ਹੋਰ ਵੀ ਦੱਸਾਂ ਇਹ ਪਾਕਿਸਤਾਨ ਇਹ ਸੁਣਨਗੇ ਸਾਡੇ ਦੋਸਤ ਇੱਕ ਫਾਰਮ ਤੋਂ ਪਾਕਿਸਤਾਨ ਦੀ ਤਾਰੀਖ 'ਚ ਇੱਕ ਫਾਰਮ ਤੋਂ 22 ਮੱਝਾਂ ਕਿਸੇ ਨੇ ਨਹੀਂ ਚੁਆਈਆਂ ਐਡੀ ਜ਼ਰੂਰਤ ਕਿਸੇ ਨੇ ਨਹੀਂ ਕੀਤੀ ਇਹ 22 ਮੱਝਾਂ ਅਲਹਮਦੁਲਿਲਾ ਤੁਹਾਡੇ ਸਾਹਮਣੇ ਤੁਸੀਂ ਪਹਿਲਣਾ ਵੀ ਚੋ ਕੇ ਗਏ ਹੋ ਪਹਿਲੀ ਮੱਝ 33 ਲੀਟਰ ਦੁੱਧ ਕੀਤਾ ਦੂਸਰੀ ਮੱਝ ਕੀਤਾ 31 ਕਿਲੋ ਫਿਰ 30 ਅੱਲਾ ਨੂੰ ਪਤਾ 33 ਲੱਖੀ ਮੱਝ ਹਾਂ ਅੱਛਾ ਸੁਣਿਓ ਐਵੇਂ ਇੱਕ ਗੱਲ ਉਹਨਾਂ ਮੂੰਹ ਕਰ ਗਏ ਬਾਈ ਦਾ ਅੱਛਾ ਸੁਣਿਓ ਇੱਕ ਗੱਲ ਦੱਸੋ ਇੱਕ ਕੈਟਰ 30 ਲੀਟਰ ਤਿੰਨ ਮੱਝਾਂ 30 ਤੋਂ ਉੱਤੇ ਕਰਨ ਤੇ ਪਹਿਲਣਾ ਮੱਝਾਂ 25-26 ਕਰਨ 24-25-22 ਇਸ ਤਰ੍ਹਾਂ ਤੁਸੀਂ ਗੱਲ ਦੱਸੋ ਇਹ ਪਹਿਲੀ ਦਫ਼ਾ ਹੈ ਤੇ ਉਹੀ ਮੱਝਾਂ ਹੁਣ ਤੁਸੀਂ ਅੱਖਾਂ ਨਾਲ ਵੇਖੀਆਂ ਨੇ ਸੱਚੀ ਗੱਲ ਦੱਸੀ ਹੁਣ ਤੁਸੀਂ ਲੋਕਾਂ ਨੂੰ ਦਿਖਾਉਣੀਆਂ ਨੇ ਇਹ ਮੱਝਾਂ ਦੇਖ ਰਹੇ ਨੇ ਉਹ ਚੱਲ ਰਹੀਆਂ ਨੇ ਮੱਝਾਂ ਜਦੋਂ ਸਾਹਮਣੇ ਗੱਬਣ ਮੱਝਾਂ ਲਾਏਗਾ ਨਾ ਇਹ ਚੱਲ ਰਹੀਆਂ ਨੇ ਜਿਹੜੇ ਦੇਖ ਰਹੇ ਨੇ ਇਹ ਕਮੈਂਟਸ ਉਹ ਤੈਨੂੰ ਆਪ ਦੱਸਣਗੇ ਜੇ ਤੇ ਗੱਬਣ ਮੱਝਾਂ ਦਾ ਆ ਜਾਵੇ ਤੁਹਾਨੂੰ ਵੇਖਣ ਵਾਲਿਆਂ ਨੂੰ ਮਜ਼ਾ ਜਿਹੜਾ ਤੈਨੂੰ ਕਿੰਨਾ ਗਾਇਆ ਸੱਚੀ ਦੱਸੀ ਇਮਾਨ ਨਾਲ ਦੱਸੀ ਸਿੱਧੇ ਤੇਰਾ ਇਹ ਆਪਣੇ ਇਮਾਨਦਾਰੀ ਤੋਂ ਧਿਆਨ ਨਾਲ ਮੇਰਾ ਦਿਲ ਬਹੁਤ ਖੁਸ਼ ਹੋਇਆ ਹੈਗਾ
ਜਿਹੜੇ ਕਹਿੰਦੇ ਨੇ ਵੀ ਮੱਝਾਂ ਖਰਾਬ ਹੋ ਜਾਂਦੀਆਂ ਨੇ, ਸੱਚੀ ਦੱਸੀ ਅੱਗੇ ਨਾਲੋਂ ਕਿੰਨੀ ਕੁ ਖੂਬਸੂਰਤੀ ਆਈ ਹੋਈ, ਵਧੀਆ ਨੇ, ਕੱਦ ਕਿੱਡੇ ਕੀਤੇ ਨੇ, ਕੱਦ ਜਿਹੜੀਆਂ ਪਹਿਲਾਂ ਵਧੀਆ ਨੇ, ਵੱਡੀਆਂ ਤੇ ਅੱਗੇ ਵੱਡੀਆਂ ਬਣ ਤੇ ਲੰਬੀਆਂ ਕਿੰਨੀਆਂ ਨੇ ਮੱਝਾਂ ਵੀ ਠੀਕ, ਅੱਛੀਆਂ ਠੀਕ ਨੇ, ਤੇ ਇਸ ਸਕਰੀਨ ਤੇ ਦੇਖ ਰਹੇ ਨੇ ਲੋਕ, ਇਹ ਫੈਸਲਾ ਤੈਨੂੰ ਇਹ ਗੱਲ ਸੁਣ, ਇਹ ਫੈਸਲਾ ਉਹ ਕਰਨਗੇ ਜਿਹੜੇ ਕਹਿੰਦੇ ਨੇ ਫੈਸਲਾ ਵਕਤ ਨੇ ਕਰ, ਜਿਹੜੀ ਗੱਲ ਤੁਸੀਂ ਇੱਕ ਹੋਰ ਕੀਤੀ ਹੈ ਬਈ ਲੋਕ ਕਹਿੰਦੇ ਨੇ ਖਰਾਬ, ਕੋਈ ਮੱਝ ਖਰਾਬ ਨਹੀਂ ਹੁੰਦੀ, ਸਾਈਂ ਜ਼ਿੰਦਾ ਹੋਣ, ਕੋਈ ਮੱਝ ਖਰਾਬ ਨਹੀਂ ਹੁੰਦੀ, ਮੱਝ ਤੇ ਕਹਿੰਦੀ ਏ ਮੇਰੇ ਨਾਲ ਸਾਈਂ ਕੋ ਰਲੇ, ਅਸੀਂ ਸੁੱਤੇ ਰਹਿੰਦੇ ਹਾਂ, ਅਸੀਂ ਰਲਦੇ ਨਹੀਂ, ਮੱਝ ਕਦੇ ਧੋਖਾ ਨਹੀਂ ਦਿੰਦੀ, ਖਾਨਦਾਨੀ ਨਸਲੀ ਮੱਝ, ਨਸਲ ਤੇ ਕੁਆਲਿਟੀ ਤੇ ਜ਼ੋਰ ਦਿਓ। ਇੱਕ ਇਹ ਸਾਡੇ ਅੱਜ ਇੱਕ ਚਲੋ ਇਹ ਸਵਾਲ ਮੇਰਾ ਤੁਸੀਂ ਵਿੱਚੋਂ ਕੱਟਣਾ ਨਹੀਂ, ਇਹ ਲਾ ਦੇਣਾ, ਇੱਕ ਯਾਦ ਰੱਖਣਾ ਸਾਡੇ ਪਾਕਿਸਤਾਨ ਦੇ ਦੋਸਤਾਂ ਬਾਰੇ, ਮੈਂ ਤੇ ਅੱਲਾ ਗਵਾਹ ਹੈ ਕਿਸੇ ਨੂੰ ਉੱਚਾ ਨੀਵਾਂ ਕਰਨ ਵਾਸਤੇ ਨਹੀਂ ਕਰਦਾ, ਇਹ ਵੀ ਗੱਲ ਦੱਸਾਂ, ਮੈਂ ਅੱਲਾ ਨੂੰ ਹਾਜ਼ਰ ਕਰਕੇ ਕਹਿ ਰਿਹਾ, ਮੈਂ ਆਪਣੇ ਕੋਲੋਂ ਸਾਰੇ ਦੋਸਤਾਂ ਨੂੰ ਚੰਗਾ ਸਮਝਦਾ, ਇੱਕ ਮੱਝ ਵਾਲਾ ਮੈਂ ਤੇ ਉਹਦੀ ਵੀ ਇੱਜ਼ਤ ਕਰਦਾ। ਇੱਕ ਗੱਲ ਯਾਦ ਰੱਖਣਾ, ਜਿਹੜਾ ਮੇਰਾ ਇਹ ਦੱਸਣ ਦਾ ਜਾਂ ਬਰੀਡਰਾਂ ਦਾ ਜਾਂ ਕੁਆਲਿਟੀ ਦਾ ਜਾਂ ਨਸਲ 'ਤੇ ਦੱਸਣ ਦਾ ਮਕਸਦ ਕੀ ਹੈ, ਸਾਡੇ ਹਰ ਪਾਕਿਸਤਾਨ 'ਚ ਸਾਡੇ ਹਰ ਬੂਹੇ 'ਤੇ ਮੱਝ ਇਸ ਤਰ੍ਹਾਂ ਦੀ ਪੈਦਾ ਹੋਵੇ, ਇੱਕ ਮੱਝ ਦੁੱਧ ਕਰ ਲਵੇ ਪਾਕਿਸਤਾਨ 'ਚ ਮਸਲਨ ਬਹੁਤ ਜ਼ਿਆਦਾ, ਇੱਕ ਬੰਦੇ ਦੀ 50 ਇਸ ਤਰ੍ਹਾਂ ਦੀ ਮੱਝ ਦੁੱਧ ਕਰ ਰਹੀ ਹੈ, ਬਿਹਤਰ ਕਿਹਨੂੰ ਕਹੋਗੇ, ਇੱਕ ਮੱਝ ਕੋਲ 20 ਲੀਟਰ ਵਾਲੀਆਂ ਮੱਝਾਂ, ਇੱਕ ਬੰਦੇ ਕੋਲ 50 ਮੱਝ ਹੈ, ਇੱਕ ਬੰਦੇ ਕੋਲ ਮੱਝ ਹੈ 100 ਲੀਟਰ ਵਾਲੀ, ਇਕੱਲੀ ਇੱਕ, ਇੱਕ ਬੰਦੇ ਕੋਲ 50 ਮੱਝ 20 ਲੀਟਰ ਵਾਲੀ, ਚੰਗਾ ਕਿਹਨੂੰ ਕਹੋਗੇ, ਜਿਹੜਾ 50 ਮੱਝਾਂ 20 ਲੀਟਰ ਕਰ ਰਹੀਆਂ, ਐਵੇਂ ਨਾ ਗੱਲ ਇਹ, ਇਸ ਕੋਲੋਂ ਮੇਰਾ ਦੱਸਣ ਦਾ ਮਕਸਦ ਹੈ ਵੀ ਸਾਡੇ ਨਾ ਸਾਡੇ ਪਾਕਿਸਤਾਨ 'ਚ ਹਰ ਬੂਹੇ 'ਤੇ ਇਸ ਤਰ੍ਹਾਂ ਦੀਆਂ ਮੱਝਾਂ ਪੈਦਾ ਹੋਣ, ਤਾਂ ਜਾ ਕੇ ਫਾਰਮ ਦਾ ਇਹ ਅੱਜ ਮਹਿੰਗਾਈ ਦਾ ਦੌਰ ਹੈ, ਬੱਚਤ ਹੀ ਤਾਂ ਹੈ, ਜਦੋਂ ਤੱਕ ਇਸ ਤਰ੍ਹਾਂ ਦੀਆਂ ਝੋਟੀਆਂ ਆਉਣਗੀਆਂ, ਮੱਝਾਂ ਆਉਣਗੀਆਂ, ਤਾਂ ਬਿਲਕੁਲ